ਘੱਗਰ ਦੇ ਪੁੱਲ ਦੇ ਨਾਲ, ਕਿਉਂਕਿ ਖੇਤ ਨੇ ਇੱਧਰਲੇ ਪਾਸੇ ਮੇਰੇ ਖੱਬੇ ਹੱਥ, ਇਹ ਖੇਤ ਨੇ, ਇਹਨਾਂ ਖੇਤਾਂ ਦੇ ਵਿੱਚ ਵੀ ਅਨੇਕਾਂ ਗੋਲੇ ਜਿਹੜੇ ਆ ਉਹ ਸਿੱਟੇ ਗਏ ਸੀ, ਕਿਉਂਕਿ ਨੌਜਵਾਨ ਕਿਸਾਨ ਉੱਥੇ ਵੀ ਸੀ ਤਾਂ ਉੱਧਰ ਸਿੱਟੇ। ਕਣਕ ਦੇਖੋ ਬੁਰੀ ਤਰ੍ਹਾਂ ਤਬਾਹ ਹੋ ਚੁੱਕੀ ਆ, ਅਨੇਕਾਂ ਏਕੜ ਜਿਹੜੀ ਕਣਕ ਦੀ ਫਸਲ ਆ ਉਹ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ, ਕਿਉਂਕਿ ਤਿੰਨ ਇੱਕ ਗੋਲੇ ਸਿੱਟੇ ਗਏ, ਨੌਜਵਾਨ ਜਦੋਂ ਭੱਜਦੇ ਸੀ ਇੱਧਰ ਨੂੰ ਭੱਜਦੇ ਸੀ ਤਾਂ ਇਹ ਤੁਸੀਂ ਤਸਵੀਰ ਦੇਖੋ, ਇਹ ਹਰ ਪਾਸੇ ਇੱਦਾਂ ਲੱਗ ਰਿਹਾ ਕਿ ਕਿਸੇ ਜੰਗ ਦਾ ਮਾਹੌਲ ਹੋਵੇ, ਜਦੋਂ ਜੰਗ ਖਤਮ ਹੋਣ ਤੋਂ ਬਾਅਦ ਦਾ ਮਾਹੌਲ ਹੁੰਦਾ ਉਸ ਤਰ੍ਹਾਂ ਦੀਆਂ ਤਸਵੀਰਾਂ ਨੇ, ਇਹ ਬਰਬਾਦੀ ਦੀਆਂ ਤਸਵੀਰਾਂ ਨੇ, ਅਨਾਜ ਬਰਬਾਦ ਹੋਇਆ, ਕਿਸਾਨ ਦੀ ਫਸਲ ਬਰਬਾਦ ਹੋਈ ਆ, ਤਾਂ ਇਹ ਤਸਵੀਰਾਂ ਬੇਹੱਦ ਚਿੰਤਾਜਨਕ, ਬੇਹੱਦ ਹੈਰਾਨੀਜਨਕ ਤਸਵੀਰਾਂ, ਔਰ ਫਿਲਹਾਲ ਇਹੀ ਆਸ ਕਰਦੇ ਹਾਂ ਕਿ ਮਸਲੇ ਦਾ ਹੱਲ ਨਿਕਲੇ।